ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀਦ ਜੋਬ ਅਲਰਟ ਤੇ ਤਾਂ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ 40000 ਪੋਸਟਾਂ ਦੀ ਜਿਹੜੀ ਭਰਤੀ ਹੋਣ ਜਾ ਰਹੀ ਹੈ ਸੋ ਪਹਿਲਾਂ ਪੋਸਟਾਂ ਦੀ ਗਿਣਤੀ ਘੱਟ ਸੀ ਹੁਣ ਵਧਾ ਦਿੱਤੀ ਗਈ ਹੈ ਕਿੱਥੇ ਕਿੱਥੇ ਜੜੀਆਂ ਪੋਸਟਾਂ ਆਉਣਗੀਆਂ ਕਿਹੜੀ ਸਾਈਟ ਹੈ ਕਦੋਂ ਤੋਂ ਅਪਲਾਈ ਪ੍ਰੋਸੈਸ ਜਿਹੜਾ ਸਟਾਰਟ ਹੋਏਗਾ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਪਹਿਲਾਂ ਇੱਕ ਜਾਣਕਾਰੀ ਤੁਹਾਨੂੰ ਦੇ ਦਈਏ ਜੇਕਰ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜੋ ਤਾ ਸਾਡਾ ਟੈਲੀਗ੍ਰਾਮ ਗਰੁੱਪ ਜੁਆਇਨ ਜਿਹੜਾ ਕਰ ਸਕਦੇ ਕਿਉਂਕਿ ਉੱਥੇ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਆ ਜਿਹੜੇ ਮਿਲ ਜਾਣਗੇ ਤਾਂ ਸ਼ੇਅਰ ਕਰਦੇ ਆਂ ਜੀ ਪੂਰੀ ਜਾਣਕਾਰੀ ਤਾਂ ਐਸਐਸਜੀ ਨੂੰ ਪਰ ਸਟਾਫ ਸਿਲੈਕਸ਼ਨ ਕਮਿਸ਼ਨ ਕਹਿੰਦੇ ਆ ਤਾਂ ਉਸਨੇ ਕਾਂਸਟੇਬਲ ਜਨਰਲ ਡਿਊਟੀ ਪ੍ਰੀਖਿਆ 2024 ਰਹੀਂ ਭਰੀਆਂ ਜਾਣ ਵਾਲੀਆਂ ਸਮੂਹਲੀ ਗਿਣਤੀ ਵਧਾਉਣ ਦਾ ਜਿਹੜਾ ਲਾਲ ਕੀਤਾ ਹੈ ਕਮਿਸ਼ਨ ਦੇ ਵੱਲੋਂ 13 ਜੂਨ ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਹੁਣ ਇਸ ਪ੍ਰੀਖਿਆ ਰਹੀਂ ਬੀਐਸਐਫ ਸੀਆਈਐਸਐਫ ਐਸਐਸਵੀ ਆਈਟੀਬੀਪੀ ਏਆਰ ਐਸਐਸਐਫ ਤੇ ਐਨਸੀਬੀ ਦੇ ਕਾਂਸਟੇਬਲ ਰੈਂਕ ਦੀਆਂ ਕ 40617 ਅਸਾਮੀਆਂ ਜਿਹੜੀਆਂ ਭਰੀਆਂ ਜਾਣਗੀਆਂ ਤਾਂ ਕਿੰਨੇ ਕਿੰਨੇ ਅਸਾਮੀਆਂ ਕਿਹੜੇ ਡਿਪਾਰਟਮੈਂਟ ਵਿੱਚ ਨੇ ਤਾਂ SSC ਵੱਲੋਂ ਸੁੱਧੀਆਂ ਗਿਆ ਅਸਾਮੀਆਂ ਦੇ ਅਨੁਸਾਰ ਹੁਣ CISF ਵਿੱਚ 13632 ਅਸਾਮੀਆਂ ਭਰੀਆਂ ਜਾਣਗੀਆਂ BSF ਦੇ ਵਿੱਚ 12076 CRPF ਦੇ ਵਿੱਚ 94110 ITBP ਦੇ ਵਿੱਚ 6287 ਅਸਾਮੀਆਂ ਜਿਹੜੀਆਂ ਭਰੀਆਂ ਜਾਣਗੀਆਂ ਵੱਖ-ਵੱਖ ਫੋਰਸੇਜ਼ ਦੇ ਅਨੁਸਾਰ ਖਾਲੀ ਅਸਾਮੀਆਂ ਦੀ ਗਿਣਤੀ ਵੀ ਜਿਹੜੀ ਇੱਥੇ ਨੇ ਦਿੱਤੀ ਗਈ ਹੈ ਸੁਝੇ ਮੈਂ ਤੁਹਾਨੂੰ ਪਹਿਲੀ ਦੱਸਦਾ ਬੀਐਸਐਫ ਦੇ ਵਿੱਚ 12076 ਸੀਆਈਐਸਐਫ ਦੇ ਵਿੱਚ 13632 ਸੀਆਰਪੀਐਫ ਦੇ ਵਿੱਚ 9410 ਐਸਐਸਬੀ ਵਿੱਚ 1926 ਆਈਟੀਬੀਪੀ ਦੇ ਵਿੱਚ 6287 ਅਸਾਮ ਰਾਈਫਲਸ ਜਿਹਨੂੰ ਆਪਾਂ ਏਆਰ ਕਹਿੰਦੇ ਆ ਇਹਦੇ ਵਿੱਚ 2990 ਵਿਸ਼ੇਸ਼ ਸੁਰੱਖਿਆ ਬਾਲਾ ਐਸਐਸਐਫ ਜਿਹਨੂੰ ਆਪਾਂ ਕਹਿੰਦੇ ਇਹਦੇ ਵਿੱਚ 296 ਤਾਂ ਕੁੱਲ 46617 ਅਸਾਮੀਆਂ ਨੇ ਜਿਹੜੀਆਂ ਭਰੀਆਂ ਜਾਣੀਆਂ ਬਾਕੀ ਕਾਸਟ ਵਾਈਜ਼ ਡਿਟੇਲ ਇੱਥੇ ਅਸਾਮੀਆਂ ਨਹੀਂ ਦਿੱਤੀ ਗਈ ਹੈ ਡਿਪਾਰਟਮੈਂਟ ਹੈ ਕਾਸਟ ਹੈ ਟੋਟਲ ਅਸਾਮੀਆਂ ਕਿੰਨੀਆਂ ਨੇ ਤਾਂ ਇਹ ਸਾਰਾ ਇਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕੀਤਾ ਗਿਆ ਤਾਂ ਤੁਹਾਨੂੰ ਇਹੜਾ ਸਾਡੇ ਟੈਲੀਗ੍ਰam ਗਰੁੱਪ ਵਿੱਚ ਮਿਲ ਜਾਊਗਾ ਤਾਂ ਸਾਰੇ ਜਣੇ ਟੈਲੀਗ੍ਰam ਗਰੁੱਪ ਜਿਹੜਾ ਜੁਆਇਨ ਕਰ ਲਿਓ ਅਤੇ ਕਿਹੜਾ ਡਿਪਾਰਟਮੈਂਟ ਹੈ ਕਿਹੜੀ ਤੁਹਾਡੀ ਕਾਸਟ ਹੈ ਕਿੰਨੀ ਤੁਹਾਡੀ ਕਾਸਟ ਦੀਆਂ ਪੋਸਟਾਂ ਆਉਂਦੀਆਂ ਨੇ ਤਾਂ ਇਹ ਜਾਣਕਾਰੀ ਜਿਹੜੀ ਤੁਹਾਨੂੰ ਮਿਲ ਜਾਏਗੀ ਤਾਂ ਇਹਨਾਂ ਦੀ ਵੈਬਸਾਈਟ ਨੋਟ ਜ਼ਰੂਰ ਕਰ ਲਿਓ ssc.gov.in ਇਸ ਤੇ ਬਾਕੀ ਦੀ ਅਗਲੀ ਜਾਣਕਾਰੀ ਹੈ ਜਿਹੜੀ ਅਉ ਵੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਇਸੇ ਤਰ੍ਹਾਂ ਤੁਹਾਨੂੰ ਡੇਲੀ ਅਪਡੇਟਸ ਮਿਲਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਕਰਨਾ ਨਾ ਭੁੱਲਣਾ ਧੰਨਵਾਦ